छोटे विद्यार्थी नूं जिन्नी जल्दी स्टेज ते चढ़ाया जाए जिहड़ी उहदी लुकी प्रतिभा है उहनूं पछाणिया जाए वह उन्नी वध विकसित हुंदी है। विद्यार्थियों का टैलेंट वेख के हैरानी हुंदी सी कि बहुत छोटी उम्र के बच्चे बहुत प्रतिभा के मालक ने। कॉलेज की सदा ही कोशिश रहिंदी कि वध तो वध मौके विद्यार्थियों को दिते जाण, भावें वह पढ़ाई के खेत्र च होण, भावें खेडां के खेत्र च होण। जिहड़ा विद्यार्थी छोटी उम्र च ही खेडां दे खेत्र विच सभ्याचारक गतिविधियां दे खेत्र विच मेहनत करनी शुरू कर दिंदा है उहदी स्किल डिवेलप हो जांदी। 17 कॉलेज दा स्टेटस मिलन करके सानू 1,80,00,000 रुपए दी ग्रांट प्राप्त हुई जिहड़ी सारी विद्यार्थियों दी वेलफेयर वास्ते लगाई जाणी। ਕ੍ਰਿਓ ਗਲੋਬਲ ਪੰਜਾਬ ਟੀਵੀ ਤੇ ਮੈਂ ਹਾਂ ਬੁੱਤ ਸਿੰਘ ਰਾਣਾ, ਸਾਡੇ ਨਾਲ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਡਾਕਟਰ ਜਸਵੀਰ ਸਿੰਘ ਜੀ ਹਾਜ਼ਰ ਨੇ। ਆਪਾਂ ਗੱਲਬਾਤ ਕਰਦੇ ਹਾਂ, ਕਾਲਜ ਵਿਖੇ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ, ਕੀ ਮੁੱਖ ਮਕਸਦ ਸੀਗਾ ਤੇ ਪਹਿਲਾਂ ਤਾਂ ਪ੍ਰਿੰਸੀਪਲ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਭ ਤੋਂ ਪਹਿਲਾਂ ਰਾਣਾ ਜੀ ਤੁਹਾਡਾ ਬਹੁਤ ਧੰਨਵਾਦ। ਤੁਸੀਂ ਕਾਲਜ ਵਿਖੇ ਹੋਏ ਅੰਤਰ ਸਕੂਲ ਮੁਕਾਬਲਿਆਂ ਦੀ ਗੱਲ ਕੀਤੀ। ਛੋਟੇ ਵਿਦਿਆਰਥੀ ਨੂੰ ਜਿੰਨੀ ਜਲਦੀ ਸਟੇਜ 'ਤੇ ਚੜ੍ਹਾਇਆ ਜਾਏ ਜਿਹੜੀ ਉਹਦੀ ਲੁਕੀ ਪ੍ਰਤਿਭਾ ਹੈ ਉਹਨੂੰ ਪਛਾਣਿਆ ਜਾਏ ਉਹ ਉੱਨੀ ਵੱਧ ਵਿਕਸਿਤ ਹੁੰਦੀ। ਵੱਖ ਵੱਖ ਸਕੂਲਾਂ ਦੀ ਬਹੁਤ ਵੱਡੀ ਗਿਣਤੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਵਿਦਿਆਰਥੀਆਂ ਦਾ ਟੈਲੈਂਟ ਵੇਖ ਕੇ ਹੈਰਾਨੀ ਹੁੰਦੀ ਸੀ ਕਿ ਬਹੁਤ ਛੋਟੀ ਉਮਰ ਦੇ ਬੱਚੇ ਬਹੁਤ ਪ੍ਰਤਿਭਾ ਦੇ ਮਾਲਕ ਨੇ ਅਤੇ ਉਹਨਾਂ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੇ ਵੀ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਜਿਹੜੇ ਵਿਦਿਆਰਥੀਆਂ ਨੇ ਪਾਰਟੀਸਪੇਟ ਕੀਤਾ ਉਹ ਅਗਲੇ ਦਿਨਾਂ 'ਚ ਜਿੱਤਣ ਦੀ ਭਾਵਨਾ ਨਾਲ ਜ਼ਰੂਰ ਪਾਰਟੀਸਪੇਟ ਕਰਨਗੇ। ਕਾਲਜ ਦੀ ਸਦਾ ਹੀ ਕੋਸ਼ਿਸ਼ ਰਹਿੰਦੀ ਕਿ ਵੱਧ ਤੋਂ ਵੱਧ ਮੌਕੇ ਵਿਦਿਆਰਥੀਆਂ ਨੂੰ ਦਿੱਤੇ ਜਾਣ, ਭਾਵੇਂ ਉਹ ਪੜ੍ਹਾਈ ਦੇ ਖੇਤਰ 'ਚ ਹੋਣ, ਭਾਵੇਂ ਖੇਡਾਂ ਦੇ ਖੇਤਰ ਵਿੱਚ ਹੋਣ, ਭਾਵੇਂ ਕਲਚਰਲ ਗਤੀਵਿਧੀਆਂ ਦੇ ਖੇਤਰ 'ਚ ਹੋਣ। ਮਾਣਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਾਰੇ ਸਕੂਲਾਂ ਕਾਲਜਾਂ 'ਚ ਇਵੇਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਸੇ ਲੜੀ 'ਚ ਇਸ ਕਾਲਜ ਨੇ ਵੀ ਉਹੀ ਮੁਕਾਬਲੇ ਕਰਵਾਏ ਨੇ। ਪ੍ਰਿੰਸੀਪਲ ਸਾਹਿਬ, ਜਿਵੇਂ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੀ ਗੱਲ ਕਰੀਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦਾ, ਪੇਂਡੂ ਜਿਹੜੇ ਵਿਦਿਆਰਥੀ ਆਉਂਦੇ ਨੇ ਉਹਨਾਂ ਨੂੰ ਖਾਸ ਕਰਕੇ ਜਿਹੜੀਆਂ ਫੀਸਾਂ ਦੇ ਵਿੱਚ ਜਿਹੜੀ ਬੜੀ ਸਹੂਲਤ ਦਿੱਤੀ ਜਾ ਰਹੀ ਹੈ, ਕਿਹੜੇ ਕਿਹੜੇ ਕੋਰਸ ਫਿਰ ਉਹਨਾਂ ਬੱਚਿਆਂ ਨੂੰ ਕਰਵਾਏ ਜਾ ਰਹੇ ਆ? ਸਭ ਤੋਂ ਪਹਿਲਾਂ ਤਾਂ ਰਾਣਾ ਜੀ ਮੈਂ ਦੱਸਣਾ ਚਾਹਾਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਅਦਾਰੇ ਪੇਂਡੂ ਇਲਾਕਿਆਂ ਵਿੱਚ ਖੋਲ੍ਹੇ ਗਏ ਹਨ। ਪੇਂਡੂ ਇਲਾਕਿਆਂ ਵਿੱਚ ਅਦਾਰੇ ਖੋਲ੍ਹਣ ਲੱਗਿਆਂ ਇੱਕੋ ਮਨਸਾ ਸੀ ਕਿ ਉਹ ਵਿਦਿਆਰਥੀ ਜਿਹੜੇ ਸ਼ਹਿਰਾਂ ਤੱਕ ਪੜ੍ਹਾਈ ਪ੍ਰਾਪਤ ਕਰਨ ਨਹੀਂ ਜਾ ਸਕਦੇ ਉਹਨਾਂ ਨੂੰ ਵਿੱਦਿਆ, ਸਸਤੀ ਵਿੱਦਿਆ ਮੁਹੱਈਆ ਕਰਵਾਈ ਜਾਏ। ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨੌਰਥ ਇੰਡੀਆ ਦਾ ਨਾਮੀ ਅਟੋਨਮਸ ਕਾਲਜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਕਾਲਜ ਕੋਲ ਨੈਕ ਵੱਲੋਂ ਏ ਗ੍ਰੇਡ ਦੂਸਰੀ ਵਾਰੀ ਸਾਨੂੰ ਮਿਲਿਆ। ਕਾਲਜ ਵਿੱਚ ਪੋਟੈਂਸ਼ੀਅਲ ਫਾਰ ਐਕਸੀਲੈਂਸ ਦਾ ਸਟੇਟਸ ਹੈ। ਇਹ ਕਾਲਜ ਉੱਨਤ ਭਾਰਤ ਅਭਿਆਨ ਦੇ ਅੰਡਰ ਕੰਮ ਕਰ ਰਿਹਾ ਹੈ ਅਤੇ ਪਿਛਲੇ ਸਾਲ ਸਾਨੂੰ ਸਟਾਰ ਕਾਲਜ ਦਾ ਸਟੇਟਸ ਮਿਲਿਆ। ਇਹ ਸਟਾਰ ਕਾਲਜ ਦਾ ਸਟੇਟਸ ਮਿਲਣ ਕਰਕੇ ਸਾਨੂੰ 1,80,00,000 ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਜਿਹੜੀ ਸਾਰੀ ਵਿਦਿਆਰਥੀਆਂ ਦੀ ਵੈਲਫੇਅਰ ਵਾਸਤੇ ਲਗਾਈ ਜਾਣੀ। ਵਿਦਿਆਰਥੀਆਂ ਵਾਸਤੇ ਵਰਕਸ਼ਾਪਸ ਕਰਾਈਆਂ ਜਾਣੀਆਂ ਨੇ, ਉਹਨਾਂ ਨੂੰ ਟੂਰਸ 'ਤੇ ਲੈ ਕੇ ਜਾਣਾ, ਉਹਨਾਂ ਨੂੰ ਕਿਤਾਬਾਂ ਮੁਹੱਈਆ ਕਰਾਈਆਂ ਜਾਣੀਆਂ ਨੇ ਅਤੇ ਬਹੁਤ ਜਿਹੜੇ ਉੱਤਮ ਇਕਵਿਪਮੈਂਟ ਨੇ ਸਾਇੰਸ ਦੇ ਵਿਦਿਆਰਥੀਆਂ ਨੂੰ ਉਹ ਪ੍ਰੋਵਾਈਡ ਕੀਤੇ ਜਾਣੇ ਨੇ। ਸਰ, ਜੇ ਆਪਾਂ ਗੱਲ ਕਰੀਏ ਖੇਡ ਮੁਕਾਬਲਿਆਂ ਦੀ, ਹੁਣ ਤੁਹਾਡੇ ਹੋ ਕੇ ਉੱਠੇ ਆ ਅੰਤਰ ਸਕੂਲ ਮੁਕਾਬਲੇ, ਉਹਨਾਂ ਸਕੂਲਾਂ ਦੇ ਵਿੱਚ ਫਿਰ ਜਿਹੜੇ ਅਧਿਆਪਕ ਸੀਗੇ ਜਾਂ ਬੱਚੇ ਸੀਗੇ, ਆਪਾਂ ਪਿੱਛੇ ਵੀ ਦੇਖਿਆ ਤੁਹਾਡੇ ਸਕੂਲ ਦੇ ਸੋਰੀ ਕਾਲਜ ਦੇ ਜਿਹੜੇ ਵਿਦਿਆਰਥੀ ਹੈ ਉਹ ਨੈਸ਼ਨਲ ਲੈਵਲ 'ਤੇ ਜਿਹੜੀਆਂ ਮੱਲਾਂ ਮਾਰ ਰਹੇ ਨੇ, ਭਾਵੇਂ ਗਾਇਕੀ ਦੇ ਖੇਤਰ ਦੀ ਗੱਲ ਕਰੀਏ, ਭਾਵੇਂ ਖੇਡਾਂ ਦੇ ਖੇਤਰ ਦੀ ਗੱਲ ਕਰੀਏ, ਫਿਰ ਜਿਹੜੇ ਉਹ ਛੋਟੇ ਬੱਚੇ ਅੱਜ ਇੱਥੋਂ ਕੁਝ ਸਿੱਖ ਕੇ ਗਏ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਾਲਜ ਦੇ ਵਿੱਚ ਦਾਖਲ ਹੋਣਗੇ, ਫਿਰ ਲੱਗਦਾ ਕਾਲਜ ਹੋਰ ਬੁਲੰਦੀਆਂ। ਜਿਹੜਾ ਵਿਦਿਆਰਥੀ ਛੋਟੀ ਉਮਰ ਵਿੱਚ ਹੀ ਖੇਡਾਂ ਦੇ ਖੇਤਰ ਵਿੱਚ ਸੱਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿੱਚ ਮਿਹਨਤ ਕਰਨੀ ਸ਼ੁਰੂ ਕਰ ਦਿੰਦਾ ਹੈ ਉਹਦੀ ਸਕਿੱਲ ਡਿਵੈਲਪ ਹੋ ਜਾਂਦੀ ਅਤੇ ਨਿਸ਼ਚੈ ਹੀ ਉਹ ਨੈਸ਼ਨਲ ਅਤੇ ਇੰਟਰਨੈਸ਼ਨਲ ਤੱਕ ਜਾਣ ਦੀਆਂ ਅਥਾਹ ਸੰਭਾਵਨਾਵਾਂ ਲੈ ਕੇ ਚੱਲਦਾ ਹੈ। ਅਸੀਂ ਜਿਹੜੇ ਵਿਦਿਆਰਥੀ ਸਾਡੇ ਕੋਲ ਆਉਂਦੇ ਨੇ ਨੈਸ਼ਨਲ ਲੈਵਲ ਦੇ ਖਿਡਾਰੀ ਜਿਹੜੇ ਨੇ ਉਹਨਾਂ 'ਤੇ ਵਧੀਆ ਕੋਚਿਸ ਲਗਾ ਕੇ ਉਹਨਾਂ ਨੂੰ ਵਧੀਆ ਟ੍ਰੇਨਡ ਕਰਾ ਕੇ ਨੈਸ਼ਨਲ ਲੈਵਲ ਤੱਕ ਉਹਨਾਂ ਨੂੰ ਲੈ ਕੇ ਜਾਂਦੇ ਹਾਂ। ਡੈਫੀਨੇਟਲੀ ਜਿਹੜੇ ਵਿਦਿਆਰਥੀਆਂ ਨੇ ਪਹਿਲਾਂ ਕੁਝ ਸਿੱਖਿਆ ਹੁੰਦਾ ਹੈ ਉਹਨਾਂ ਦੇ ਰਿਜ਼ਲਟ ਬਾਕੀਆਂ ਨਾਲੋਂ ਵਧੀਆ ਆਉਂਦੇ ਨੇ। ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਕਿ ਪੰਜਾਬੀ ਯੂਨੀਵਰਸਿਟੀ ਦੀ ਜਿਹੜੀ ਟੀਮ ਕੁਇਜ਼ ਦੀ ਹੈ ਜਿਹਨੇ ਨੈਸ਼ਨਲ ਖੇਡਣ ਜਾਣਾ ਉਹ ਸਾਡੇ ਕਾਲਜ ਦੀ ਹੈ।
ਤੇ ਉਹ ਵਿਦਿਆਰਥੀ ਪਹਿਲਾਂ ਸਕੂਲਾਂ 'ਚ ਕੁਇਜ਼ ਖੇਡਦੇ ਰਹੇ ਸੀ, ਹੁਣ ਸਾਡੇ ਅਧਿਆਪਕਾਂ ਨੇ ਉਹਨਾਂ 'ਤੇ ਮਿਹਨਤ ਕਰਕੇ ਉਹਨਾਂ ਦੀ ਤਿਆਰੀ ਕਰਾਈ ਅਤੇ ਜਿੰਨੀ ਇੱਕ ਪਾਸੜ ਉਹ ਜਿੱਤਦੇ ਨੇ ਉਹ ਆਪਣੇ ਆਪ ਵਿੱਚ ਬਹੁਤ ਕਾਬਲੇ ਤਾਰੀਫ ਗੱਲ ਹੁੰਦੀ। ਸਰ ਜੀ ਇਸ ਤੋਂ ਇਲਾਵਾ ਆਪਾਂ ਕਾਲਜ ਦੇ ਜਿਵੇਂ ਅਕਸਰ ਦੇਖਿਆ ਜਾਂਦਾ ਲੋਕ ਉਂਗਲਾਂ ਚੱਕਦੇ ਨੇ ਕਿ ਜਿਹੜੇ ਕਾਲਜ ਖੋਲ੍ਹੇ ਗਏ ਨੇ ਜਾਂ ਸ਼੍ਰੋਮਣੀ ਕਮੇਟੀ ਨੇ ਜਾਂ ਕਿਸੇ ਹੋਰ ਪ੍ਰਾਈਵੇਟ ਅਦਾਰਿਆਂ ਨੇ ਵੀ ਜਿਹੜੇ ਪੈਸੇ ਇਕੱਠੇ ਤੱਕ ਕਰਨ ਤੱਕ ਦਾ ਮਹੱਤਵ ਹੈਗਾ ਹੈ ਕਿ ਇਹ ਕਿੱਥੇ ਤੱਕ ਸੀ? ਮੈਨੂੰ ਲੱਗਦਾ ਕਿ ਇਹ ਸਵਾਲ ਜਿਹੜੇ ਨੇ ਕੁਸ਼ਚਨ ਬੇਬੁਨਿਆਦ ਨੇ। ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ 'ਚ ਅਸੀਂ ਪਿਛਲੇ 6 ਸਾਲ ਤੋਂ ਕੋਈ ਫੀਸ ਨਹੀਂ ਵਧਾਈ। ਅੱਜ ਤੱਕ ਕੋਵਿਡ ਦੇ ਸਮੇਂ 'ਚ ਕਿਸੇ ਵਿਦਿਆਰਥੀ ਦਾ ਦਾਖਲਾ ਅਸੀਂ ਫੀਸ ਕਰਕੇ ਨਹੀਂ ਰੋਕਿਆ। ਇਸੇ ਤਰ੍ਹਾਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਆਪਕ ਨੇ ਉਹਨਾਂ ਨੂੰ ਬਾਕੀ ਮੈਨੇਜਮੈਂਟਸ ਨਾਲੋਂ ਵੱਧ ਤਨਖਾਹ ਦਿੱਤੀ ਜਾਂਦੀ, ਅਤੇ ਕਿਉਂਕਿ ਜਿਸ ਕੋਲ ਕੁਝ ਨਹੀਂ ਕਹਿਣ ਨੂੰ ਹੁੰਦਾ ਉਹ ਐਲੀਗੇਸ਼ਨ ਜ਼ਰੂਰ ਲਗਾ ਦਿੰਦਾ। ਪਰ ਮੈਨੂੰ ਲੱਗਦਾ ਕਿ ਜਿਹੜੇ ਵਿਦਿਆਰਥੀ ਨੇ ਉਹ ਤਾਕਤ ਹੁੰਦੇ ਨੇ ਕਿਸੇ ਸੰਸਥਾ ਦੀ। ਜੇ ਤੁਸੀਂ ਵਧੀਆ ਪੜ੍ਹਾਈ ਅਤੇ ਵਧੀਆ ਮੌਕੇ ਵਿਦਿਆਰਥੀਆਂ ਨੂੰ ਦਿੰਦੇ ਹੋ ਤਾਂ ਉਹਨਾਂ ਦੀ ਵੱਡੀ ਗਿਣਤੀ 'ਚ ਦਾਖਲਾ ਕਾਲਜ ਨੂੰ ਤਰੱਕੀ ਦੀ ਵੱਲ ਲੈ ਕੇ ਜਾਂਦਾ। ਅਤੇ ਅਗਲੇ ਦਿਨਾਂ 'ਚ ਵੀ ਸਾਨੂੰ ਪੂਰੀ ਆਸ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਦੀ ਬਿਹਤਰੀ ਲਈ ਹੋਰ ਵੱਧ ਤੋਂ ਵੱਧ ਕੰਮ ਕਰਾਂਗੇ। ਸੋ ਇਸ ਦਿਨ ਸਾਡੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਸਵੀਰ ਸਿੰਘ, ਜਿਨ੍ਹਾਂ ਨੇ ਕਾਲਜ ਅਤੇ ਅੰਤਰ ਸਕੂਲ ਮੁਕਾਬਲਿਆਂ ਬਾਰੇ ਸਾਡੇ ਨਾਲ ਗੱਲਬਾਤ ਕੀਤੀ ਹੈ। ਕੈਮਰਾਮੈਨ ਮਨਦੀਪ ਰਾਣਾ ਦੇ ਨਾਲ ਬੁੱਧ ਸਿੰਘ ਰਾਣਾ, ਗਲੋਬਲ ਪੰਜਾਬ ਟੀਵੀ, ਸ਼੍ਰੀ ਕੀਰਤਪੁਰ ਸਾਹਿਬ।